ਲਗਾਤਾਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਪਿਛਲੇ ਡੇਢ ਦੋ ਮਹੀਨਿਆਂ ਤੋਂ ਆਪਸੀ ਜਿਹੜੀ ਪਾਰਸ਼ਦਾਂ ਦੀ ਜਿਹੜੀ ਲੜਾਈ ਹੈ ਜਾਂ ਫਿਰ ਮੇਅਰ ਦਾ ਜਿਹੜਾ ਵਿਵਾਦ ਹੈ ਉਹ ਲਗਾਤਾਰ ਵਧਦਾ ਜਾ ਰਿਹਾ। ਇਸ ਵਾਰ ਫਿਰ ਬੀਜੇਪੀ 'ਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਵਾਪਸੀ ਆਪਣੇ ਜਿਹੜੇ ਘਰ ਪਹੁੰਚੇ ਨੇ, ਯਾਨੀ ਆਮ ਆਦਮੀ ਪਾਰਟੀ ਤੋਂ ਦੁਬਾਰਾ ਆਏ ਨੇ, ਲੇਕਿਨ ਇਹਦੇ ਵਿੱਚ ਵੀ ਬੀਜੇਪੀ ਵੱਲੋਂ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਇੱਕ ਦੀ ਪਰਸਨਲ ਪ੍ਰੋਬਲਮਸ ਨੂੰ ਲੈ ਕੇ ਜਾਂ ਫਿਰ ਦੂਜੇ ਦੀ ਪਰਿਵਾਰਿਕ ਪ੍ਰੋਬਲਮਸ ਨੂੰ ਲੈ ਕੇ ਪ੍ਰੈਸ਼ਰਾਈਜ਼ ਕਰਦੀ ਨਜ਼ਰ ਆ ਰਹੀ ਆਮ ਆਦਮੀ ਪਾਰਟੀ। ਕਿੰਨੀ ਕੁ ਸੱਚਾਈ ਹੈ? ਸਾਡੇ ਨਾਲ ਕਾਉਂਸਲਰਸ ਨੇ ਨੇਹਾ ਮੁਸਾਫਤ, ਪੂਨਮ ਦੇਵੀ ਤੇ ਸਹਿ ਪ੍ਰਭਾਰੀ ਸੰਨੀ ਆਲੂਵਾਲੀਆ ਜੀ ਵੀ ਸਾਡੇ ਨਾਲ ਨੇ, ਕਿਉਂਕਿ ਬੀਜੇਪੀ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ ਤੇ। ਸਭ ਤੋਂ ਪਹਿਲਾਂ ਪੂਨਮ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਤੁਸੀਂ ਬੀਜੇਪੀ 'ਚ ਸ਼ਾਮਿਲ ਹੋਏ ਸੀ, ਹੁਣ ਤੁਹਾਡੀ ਘਰ ਵਾਪਸੀ ਹੋਈ, ਲੇਕਿਨ ਬੀਜੇਪੀ ਇਹ ਇਲਜ਼ਾਮ ਲਾ ਰਹੀ ਹੈ ਕਿ ਤੁਹਾਡੇ ਹਸਬੈਂਡ ਨੂੰ ਲੈ ਕੇ ਕਿ ਤੁਹਾਨੂੰ ਪ੍ਰੈਸ਼ਰਾਈਜ਼ ਕਰ ਰਹੀ ਸੀਗੀ ਆਮ ਆਦਮੀ ਪਾਰਟੀ, ਜਿਸ ਕਰਕੇ ਤੁਹਾਨੂੰ ਵਾਪਸ ਆਉਣਾ ਪਿਆ। ਕਿਤਨੀ ਸੱਚਾਈ? ਜੀ ਬਿਲਕੁਲ ਝੂਠ ਬੋਲ ਰਹੇ ਹੈ ਇਹ ਤੋਂ ਜੋ ਉਹਨਾਂ ਨੇ ਬੋਲਿਆ। ਮੈਨੇ ਆਪਣੇ ਘਰ ਵਾਪਸੀ ਕੀ ਹੈ, ਮੈਂ ਇਸ ਪਾਰਟੀ ਨੇ ਮੁਝੇ ਬਹੁਤ ਇੱਜ਼ਤ ਦੀ ਹੈ, ਮਾਨ ਸਨਮਾਨ ਦੀ ਹੈ, ਔਰ ਮਤਲਬ ਇਹ ਮੇਰੀ ਇੱਕ ਮਾਂ ਹੈ। ਬਾਪ ਕਹਿੰਦੇ ਨੇ ਬੱਚੇ ਨਾਰਾਜ਼ ਹੋ ਜਾਂਦੇ ਹੈ ਲੇਕਿਨ ਉਨਕੋ ਆਪਣੇ ਘਰ ਵਾਪਸੀ ਕਰਨੀ ਹੀ ਹੋਤੀ ਹੈ। ਇਹ ਕੋਈ ਝੂਠ ਬੋਲ ਰਹੇ ਹੈ ਕਿ ਮਤਲਬ ਉਹਨਾਂ ਨੇ ਪ੍ਰੈਸ਼ਰਾਈਜ਼ ਕੀਆ, ਐਸਾ ਕੁਛ ਨਹੀਂ ਹੈ। ਠੀਕ ਹੈ, ਆਪਕੇ ਹਸਬੈਂਡ ਕੀ ਬਾਤ ਕੀ ਜਾ ਰਹੀ ਹੈ ਬਾਰ ਬਾਰ ਕਿ ਆਪਕੇ ਹਸਬੈਂਡ ਕੋ ਪ੍ਰੈਸ਼ਰਾਈਜ਼ ਕੀਆ ਜਾ ਰਹਾ ਹੈ ਕਿ ਜੋ ਕਿਸੀ ਲੜਾਈ ਝਗੜੇ ਮੇਂ ਅੰਦਰ ਹੈ? ਨਹੀਂ ਨਹੀਂ, ਹਸਬੈਂਡ ਕੀ ਕੋਈ ਵੋ ਨਹੀਂ, ਬਲਕਿ ਵੋ ਵਹਾਂ ਪੇ ਨਾਰਾਜ਼ ਥੇ ਜਬ ਮੈਂ ਗਈ ਥੀ ਉਨਕੇ ਬੀਜੇਪੀ ਮੇਂ ਸ਼ਾਮਿਲ ਹੋਈ ਥੀ। ਉਨ੍ਹਾਂ ਨੇ ਵੀ ਮੁਝੇ ਯਹੀ ਬੋਲਾ ਕਿ ਆਪਣੀ ਪਾਰਟੀ ਆਪਣੀ ਹੈ ਔਰ ਕਿਸੀ ਕੇ ਉਸਮੇਂ ਬੇਕਾਬੇ ਮੇਂ ਮਤ ਆਓ, ਆਪਣੀ ਪਾਰਟੀ ਮੇਂ ਵਾਪਸ ਜਾਓ। ਮੈਮ, ਕਿਉਂਕਿ ਇੱਕ ਸਵਾਲ ਜ਼ਰੂਰ ਆਪਕੋ ਥੋੜਾ ਸਾ ਬੁਰਾ ਲੱਗੇਗਾ, ਕਿਉਂਕਿ ਪਹਿਲੇ ਜਬ ਆਪਨੇ ਜੁਆਇਨਿੰਗ ਕੀ ਥੀ ਦਿੱਲੀ ਮੇਂ, ਕਹਾ ਥਾ ਕਿ ਮਨ ਮੁਟਾਵ ਹੈ, ਅਬ ਠੀਕ ਹੋ ਗਿਆ ਸਰ? ਬਿਲਕੁਲ ਜੀ, ਠੀਕ ਹੋ ਗਿਆ। ਮੈਨੇ ਅਭੀ ਆਪਕੋ ਬਤਾਇਆ ਕਿ ਪਾਰਟੀ ਮੇਂ ਥੋੜੀ ਨਾਰਾਜ਼ਗੀ ਹੋ ਜਾਤੀ ਹੈ, ਬੱਚੋਂ ਮੇਂ ਵੀ ਹੋਤੀ ਹੈ, ਹਸਬੈਂਡ ਵਾਈਫ ਮੇਂ ਵੀ ਹੋਤੀ ਹੈ, ਤੋ ਯਹਾਂ ਪੇ ਵੀ ਥੋੜਾ ਸਾ ਥਾ, ਲੇਕਿਨ ਅਬ ਐਸਾ ਕੁਛ ਨਹੀਂ ਹੈ। ਬਿਲਕੁਲ ਨੇਹਾ ਮੈਮ, ਆਪਕੋ ਲੇਕਰ ਬੀਜੇਪੀ ਅਰੁਣ ਸੂਦ ਕਹਿ ਰਹੇ ਹੈ ਕਿ ਉਨਕੇ ਮੰਗੇਤਰ ਪਰ ਪ੍ਰੈਸ਼ਰਾਈਜ਼ ਕੀਆ ਗਿਆ, ਉਨਕੋ ਕਾਂਸਟੇਬਲ ਹੈ ਪੰਜਾਬ ਪੁਲਿਸ ਮੇਂ, ਉਨਕੋ ਸਸਪੈਂਡ ਕਰ ਦਿਆ ਗਿਆ, ਉਨਕੀ ਸੈਲਰੀ ਰੋਕੀ ਗਈ, ਇਸਮੇਂ ਕਿਤਨੀ ਸੱਚਾਈ ਹੈ? ਐਸਾ ਤੋ ਕੁਛ ਵੀ ਨਹੀਂ ਹੈ, ਜੋ ਵੀ ਇਹ ਉਨਕੀ ਤਰਫ ਸੇ ਇਲਜ਼ਾਮ ਲਗਾਏ ਜਾ ਰਹੇ ਇਸਮੇਂ ਬਿਲਕੁਲ ਵੀ ਸੱਚਾਈ ਨਹੀਂ ਹੈ। तो मैं अपनी मर्जी से आई हूं, क्योंकि इस पार्टी से मेरा बहुत ज्यादा लगाव है। मैं 16 साल की थी तब से मैं इस पार्टी में हूं, तो इतने सालों से मतलब हम नाराज तो हो सकते हैं किसी से, लेकिन उस चीज को छोड़ नहीं सकते जहां पे हमारा प्यार है, हमारी माँ पार्टी है। तो बस ये थोड़ी सी नाराजगी थी कुछ दिनों के लिए, जो कि दोबारा मिले और फिर से हम इसमें वापिस आ गए। ਸਨੀ ਜੀ, ਜਿੱਦਾਂ ਇਹ ਵਾਪਸ ਆਏ ਹੈ, ਲੇਕਿਨ ਆਮ ਆਦਮੀ ਪਾਰਟੀ ਤੇ ਲਗਾਤਾਰ ਗੰਭੀਰ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਬੀਜੇਪੀ ਦੇ ਅਰੁਣ ਸੂਦ, ਉਹਨਾਂ ਕਹਿ ਰਹੇ ਕਿ ਇੱਕ ਰਾਜਨੀਤੀ, ਗੰਦੀ ਰਾਜਨੀਤੀ ਦੇ ਤਹਿਤ ਡਰਾਇਆ ਜਾ ਰਿਹਾ, ਔਰ ਹਾਲਾਂਕਿ ਲਗਾਤਾਰ ਜਿੰਨੇ ਵੀ ਕਾਉਂਸਲਰਸ ਨੇ ਉਹਨਾਂ ਦੀ ਆਪਸ ਚ ਨਹੀਂ ਬਣਦੀ, ਔਰ ਆਉਣ ਵਾਲੇ ਦਿਨਾਂ ਚ ਕਈ ਚੀਜ਼ਾਂ ਤੁਸੀਂ ਦੇਖੋਗੇ। ਦੇਖੋ, ਏਦਾਂ ਹੈ, ਪਹਿਲਾਂ ਤਾਂ ਮੈਂ ਮੇਰੀ ਦੋਨੋਂ ਭੈਣਾਂ ਨੇ, ਛੋਟੀਆਂ ਨੇ ਮੇਰੇ ਤੋਂ ਉਮਰ ਚ, ਬੇਟੀਆਂ ਵਰਗੀਆਂ ਨੇ, ਇਹਨਾਂ ਦੀ ਘਰ ਵਾਪਸੀ ਹੋਈ ਹੈ। ਜਦ ਵੀ ਮੈਂ ਜਦ ਦਾ ਚੰਡੀਗੜ੍ਹ ਦਾ ਚਾਰਜ ਸੰਭਾਲਿਆ, ਇਹ ਦੋਨਾਂ ਦੀ ਬੜੀ ਸਪੋਰਟ ਰਹੀ ਹੈ। ਕਿਸੇ ਵੀ ਕਾਰਨਾਂ ਕਰਕੇ, ਕਿਸੇ ਵੀ ਚੀਜ਼ ਕਰਕੇ ਅਗਰ ਇਹਨਾਂ ਦੀ ਨਾਰਾਜ਼ਗੀ ਸੀਗੀ, ਇਹਨਾਂ ਦੀ ਘਰ ਵਾਪਸੀ ਹੋਈ ਹੈ, ਅਸੀਂ ਇਹਨਾਂ ਦਾ ਸਵਾਗਤ ਕੀਤਾ। ਸਾਡੇ ਸੀਨੀਅਰ ਰਾਜਵੀਰ ਘੁੰਮਣ ਜੀ ਨੇ, ਜਿਹੜੇ ਓਐਸਡੀ ਨੇ, ਸੀਐਮ ਸਾਹਿਬ ਨੇ, ਉਹਨਾਂ ਨੇ ਸਵਾਗਤ ਕੀਤਾ। ਅਸੀਂ ਤਾਂ ਖੁਸ਼ ਹਾਂ ਕਿ ਸਾਡੀਆਂ ਦੋਨੋਂ ਧੀਆਂ ਵਾਪਸ ਆ ਗਈਆਂ, ਔਰ ਜਿਸ ਦਿਨ ਇਹ ਗਈਆਂ ਸੀ, ਤੁਹਾਡੇ ਚੈਨਲ ਤੇ ਮੈਂ ਬੋਲਿਆ ਸੀਗਾ ਕਿ ਇਹ ਦੋ ਕੁੜੀਆਂ ਸਾਡੀਆਂ ਨੇ, ਇਹ ਸਾਡੇ ਘਰ ਵਾਪਸ ਆਣਗੀਆਂ। ਹੁਣ ਆਓ ਗੱਲ ਇਲਜ਼ਾਮ ਦੀ। ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ, ਕਿਉਂਕਿ ਅਸੀਂ ਤਾਂ ਰਾਜਨੀਤੀ ਬਦਲਣ ਆਏ, ਔਰ ਐਸੀ ਇੱਕ ਇਹੋ ਜਿਹੇ ਧਰਨਿਆਂ ਚੋਂ ਨਿਕਲੀ ਪਾਰਟੀ ਹੈ ਜਿਹੜੀ ਇਹੋ ਜਿਹੇ ਕੰਮ ਨਹੀਂ ਕਰਦੀ ਕਿ ਅਸੀਂ ਇਹ ਕਰ ਦਈਏ ਜਾਂ ਉਹ ਕਰ ਦਈਏ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਰੁਣ ਸੂਦ ਜੀ ਝੂਠੇ ਇਲਜ਼ਾਮ ਲਾ ਰਹੇ, ਜਿਹੜੀ ਉਹ ਗੱਲਾਂ ਕਰ ਰਹੇ ਝੂਠੀਆਂ ਕਰ ਰਹੇ। ਉਹਨਾਂ ਦਾ ਲੈ ਕੇ ਜਾਣ ਦਾ ਮਕਸਦ ਜਿਹੜਾ ਸੀਗਾ ਕਿ ਉਹ MP ਟਿਕਟ ਚਾਹੁੰਦੇ ਸੀ, ਇਸ ਲਈ ਇਹੋ ਜਿਹੇ ਕੰਮ ਕਰ ਰਹੇ ਸੀ। ਮੈਂ ਤੇ ਰਾਦਰ ਇਹ ਕਹਿਣਾ ਕਿ ਇਹ ਤੇ ਦੋ ਬਿਟੀਆਂ ਆਈਆਂ
ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਅੱਜ ਇਹ ਹਾਲਾਤ ਬਣੇ ਪਏ ਨੇ ਕਿ ਉਹਨਾਂ ਦੇ ਕੌਂਸਲਰਸ ਉਹਨਾਂ ਦੇ ਲੀਡਰਸ ਬਾਰੇ ਜੋ ਕੁਛ ਕਹਿ ਰਹੇ ਨੇ ਸਾਰਿਆਂ ਨੂੰ ਪਤਾ, ਜੋ ਕੰਮ ਕਰ ਰਹੇ ਨੇ ਉਹ ਸਾਰਿਆਂ ਨੂੰ ਪਤਾ। ਪਿੱਛੇ ਤੁਸੀਂ ਦੇਖਿਆ ਬਜਟ ਸੈਸ਼ਨ ਚ ਕੌਂਸਲਰਸ ਆਉਣਾ ਚਾਹੁੰਦੇ ਸੀ ਲੇਕਿਨ ਆਉਣ ਨਹੀਂ ਦਿੱਤਾ, ਕਿਉਂਕਿ ਕੌਂਸਲਰਸ ਤਾਂ ਡਿਵੈਲਪਮੈਂਟ ਚਾਹੁੰਦੇ ਆ ਚੰਡੀਗੜ੍ਹ, ਲੇਕਿਨ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਮੈਨੂੰ ਲੱਗਦਾ ਨਹੀਂ ਵੀ ਡਿਵੈਲਪਮੈਂਟ ਚਾਹੁੰਦੀ ਹੈ। ਇਹਨਾਂ ਦਾ ਤਾਂ ਇਹ ਹਾਲ ਹੋਇਆ ਪਿਆ ਕਿ ਸਾਡੇ ਮੈਂਬਰ ਪਾਰਲੀਮੈਂਟ ਮੈਡਮ ਨੇ ਉਹ ਤਾਂ ਕਹਿੰਦੀ ਵੀ ਮੈਂ ਲੜਾਈ ਝਗੜੇ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਉਸ ਟਾਈਮ ਤੇ ਉਹਨਾਂ ਨੇ ਮੈਨੂੰ ਕਿਹਾ, ਮੈਂ ਰੋਜ਼ ਫੈਸਟੀਵਲ ਤੇ ਗਿਆ, ਮੈਨੂੰ ਕਹਿੰਦਾ ਵੀ ਮੈਂ ਉਸ ਲੜਾਈ ਝਗੜੇ ਦਾ ਹਿੱਸਾ ਨਹੀਂ ਹਾਂ, ਮੈਂ ਤੇ ਬਿਲਕੁਲ ਵੀ ਇਨਵੋਲਵ ਨਹੀਂ ਸੀਗੀ, ਮੈਂ ਉੱਠ ਕੇ ਚਲੇ ਗਈ ਸੀ। ਇਹਨਾਂ ਨੇ ਅਗਰ ਗਲਤ ਕੰਮ ਕੀਤਾ ਇਹਨਾਂ ਨੂੰ ਸਜ਼ਾ ਮਿਲੂਗੀ, ਔਰ ਮੈਂ ਸਮਝਦਾ ਵੀ ਉਹਨਾਂ ਨੂੰ ਸਜ਼ਾ ਮਿਲੀ ਵੀ ਹੈ ਔਰ ਅੱਗੇ ਵੀ ਉਹਨਾਂ ਨੂੰ ਹੋਰ ਸਜ਼ਾ ਇਹੋ ਜਿਹੀ ਮਿਲਦੀ ਰਹੇਗੀ। ਕਿਉਂਕਿ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਮਲਹੋਤਰਾ ਸਾਹਿਬ, ਉਹਨਾਂ ਦੀ ਤਾਂ ਆਪਸ 'ਚ ਅਰੁਣ ਸੂਦ ਜੀ ਨਹੀਂ ਬਣਦੀ, ਅਰੁਣ ਸੂਦ ਜੀ ਦੀ ਤੇ ਟੰਡਨ ਜੀ ਦੀ ਆਪਸ ਨਹੀਂ ਬਣਦੀ, ਇੱਕ ਬਬਲਾ ਜੀ ਨੇ ਉਹਨਾਂ ਦੀ ਇਹਨਾਂ ਨਾਲ ਨਹੀਂ ਬਣਦੀ, MP ਦੀ ਸਾਰਿਆਂ ਨਾਲ ਨਹੀਂ ਬਣਦੀ। ਮੈਨੂੰ ਤੇ ਸਮਝ ਨਹੀਂ ਆਉਂਦੇ ਕਿ ਨੈਸ਼ਨਲ ਪਾਰਟੀ ਜਿਹੜੀ ਇੰਨੇ ਸਾਲ ਤੋਂ ਰਾਜ ਕਰ ਰਹੀ ਹੈ ਉਹਨਾਂ ਦੇ ਆਪਣੇ ਲੀਡਰਾਂ ਦੀ ਆਪਸ ਬਣਦੇ ਨਹੀਂ। ਸਾਨੂੰ ਉੱਥੇ ਲੈਕਚਰ ਦੇ ਰਹੇ ਨੇ ਇੱਦਾਂ ਹੋ ਗਿਆ ਇਹਨਾਂ ਦੇ, ਇਹ ਹੋ ਗਿਆ ਸਾਡੇ ਸਾਰੇ, ਅੱਜ ਅਸੀਂ ਉਹਨੇ ਪ੍ਰੀ ਹਾਊਸ ਲੈ ਕੇ ਹਟੇ ਹਾਂ। ਇੰਡੀਆ ਬਲਾਕ ਦੇ ਸਾਰੇ MCs ਪ੍ਰੈਜੈਂਟ ਹੈਗੇ ਨੇ, ਸਾਡੀ ਮੀਟਿੰਗ ਹੋਈ ਹੈ, ਡਿਸਕਸ਼ਨ ਹੋਈ ਹੈ, ਹੋਰ ਮੁੱਦਿਆਂ ਤੇ ਵੀ ਡਿਸਕਸ਼ਨ ਹੋਈ ਹੈ ਹਾਊਸ ਨੂੰ ਜੀ। ਉਹ ਕਹਿੰਦੇ ਨਜ਼ਰ ਆ ਰਹੇ ਨੇ, BJP ਇਲਜ਼ਾਮ ਲਾ ਰਹੀ ਹੈ ਕਿ ਕਾਉਂਸਲਰ ਦੀ ਆਪਸ ਦੀ ਨਹੀਂ ਬਣਦੀ ਆਉਣ ਵਾਲੇ ਸਮੇਂ ਚ। ਗੁਰਚਰਨ ਕਾਲਾ ਦੀ ਜਿਹੜੀ ਗੱਲ ਕੀਤੀ ਗਈ ਉਹ ਕਿਹਾ ਗਿਆ ਉਹਨਾਂ ਦੇ ਮੋਹਾਲੀ ਦਾ ਇੱਕ ਕਨੈਕਸ਼ਨ ਕੱਟ ਦਿੱਤਾ, ਇਸ ਤਰ੍ਹਾਂ ਦੀ ਰਾਜਨੀਤੀ। ਦੇਖੋ ਇੱਦਾਂ ਹੈ, ਗੁਰਚਰਨ ਕਾਲਾ ਜੀ ਮਨੀ ਮਾਜਰਾ ਦੇ ਕੌਂਸਲਰ, ਅਗਰ ਉਹ ਮੋਹਾਲੀ ਦੇ ਅੰਦਰ ਰਹਿੰਦੇ ਨੇ, ਅਗਰ ਉਹਨਾਂ ਦਾ ਇੱਥੇ ਕੋਈ ਘਰ ਹੈ ਉਹਦੀ ਤਾਂ ਸਾਨੂੰ ਇਨਫੋਰਮੇਸ਼ਨ ਤੱਕ ਨਹੀਂ, ਤੇ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਜੀ ਇਹਨਾਂ ਦੇ ਕਨੈਕਸ਼ਨ ਕੱਟਤੇ, ਇਹਨਾਂ ਦੇ ਇਹ ਕਰਤੇ। ਮੈਂ ਤੇ ਇੱਕ ਬੇਨਤੀ ਕਰਦਾ ਜੀ ਤੁਹਾਡੇ ਚੈਨਲ ਥਰੂ ਸਾਰਿਆਂ ਨੂੰ ਕਿ ਇਹੋ ਜਿਹੀਆਂ ਚੀਜ਼ਾਂ ਛੱਡ ਦਿਓ, ਇਹ ਤੁਹਾਡੀਆਂ ਆਦਤਾਂ ਨੇ, ਤੁਸੀਂ ਇਸ ਲਈ ਜਾਣੇ ਜਾਂਦੇ ਹੋ, ਅਸੀਂ ਨਹੀਂ ਜਾਣੇ ਜਾਂਦੇ। ਅਸੀਂ ਤਾਂ ਇੱਜ਼ਤਦਾਰ ਨੇਕ ਪਾਰਟੀ ਹੈਗੀ ਹੈ, ਔਰ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਸਾਨੂੰ ਇੱਕੋ ਗੱਲ ਕਹਿੰਦੇ, ਇਮਾਨਦਾਰੀ ਨਾਲ ਆਪਣਾ ਕੰਮ ਕਰਨਾ, ਔਰ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਹੁਣ ਤੁਸੀਂ ਦੇਖੋਗੇ ਬਹੁਤ ਜਲਦ ਮਿਊਂਸੀਪਲ ਕਾਰਪੋਰੇਸ਼ਨ ਦਾ ਜਿੱਦਾਂ ਕੰਮ ਚੱਲਦਾ ਪਿਆ, ਜਿਸ ਹਿਸਾਬ ਨਾਲ ਬਜਟ ਪਾਸ ਹੋਇਆ, ਜਿਸ ਹਿਸਾਬ ਦੀਆਂ ਚੀਜ਼ਾਂ ਚੱਲੀਆਂ, ਅਸੀਂ ਡਿਵੈਲਪਮੈਂਟ ਵਾਲੇ ਬੰਦੇ ਹਾਂ, ਉਹ ਡਿਵੈਲਪਮੈਂਟ ਕਰਕੇ ਰਹਾਂਗੇ। ਤੇ ਬਿਲਕੁਲ ਕਈ ਜਿਹੜੇ ਇਲਜ਼ਾਮ ਲਾਏ ਨੇ ਆਦਮ ਸੂਦ ਵੱਲੋਂ, ਹਾਲਾਂਕਿ ਸਾਫ਼ ਤੌਰ ਤੇ ਇਨਕਾਰ ਕਰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਔਰ ਕਈ ਚੀਜ਼ਾਂ ਨੂੰ ਲੈ ਕੇ ਡਿਵੈਲਪਮੈਂਟ ਜਿਹੜੀ ਹੈ ਉਹ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਅੱਗੇ ਆਉਣ ਵਾਲੇ ਸਮਾਂ ਦੇ ਸਕੋ। ਲੇਕਿਨ ਦੂਜੇ ਪਾਸੇ ਅਰੁਣ ਸੂਦ ਸਾਫ਼ ਤੌਰ ਤੇ ਇਲਜ਼ਾਮ ਲੈਂਦੇ ਨਜ਼ਰ ਆਉਂਦੇ ਕਿ ਕਿਸ ਤਰ੍ਹਾਂ ਦੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਵੱਲੋਂ ਜੋ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।